ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚੈਨਲ ਵਹਿੰਦੇ ਦਰਿਆ। ਮੈਂ ਹਾਂ ਰਾਜਵਿੰਦਰ ਕੌਰ। ਮਾਰਦੇ ਨਜ਼ਰ ਹੁਣ ਤੱਕ ਦੀਆਂ ਖਬਰਾਂ ਤੇ, ਪਰ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਝੂਮ ਦੀਆਂ ਖਬਰਾਂ। ਪ੍ਰਾਈਵੇਟ ਡਾਕਟਰ ਹਸਪਤਾਲ ਬੰਦ ਕਰਕੇ ਹੋਏ ਇਕਾਂਤ ਪਾਸ। ਮੈਡੀਸਨ ਵਾਲੀਆਂ ਦੁਕਾਨਾਂ ਤੋਂ ਨਹੀਂ ਮਿਲ ਰਿਹਾ ਸੈਨੇਟਾਈਜ਼ਰ, ਮਾਸਕ ਅਤੇ ਵਿਟਾਮਿਨ ਸੀ ਦੀਆਂ ਗੋਲੀਆਂ। ਅੰਮ੍ਰਿਤਸਰ ਵਾਸੀਆਂ ਲਈ ਮਨਦੀਪ ਸਿੰਘ ਮੰਨਾ ਦੇਵਤਾ ਬਣ ਕੇ ਬੋੜੇ। ਕੇਜਰੀਵਾਲ ਨੇ ਟੈਕਸੀ ਤੇ ਈ ਰਿਕਸ਼ਾ ਡਰਾਈਵਰਾਂ ਦੇ ਖਾਤੇ ਵਿੱਚ 5 ਲੱਖ 4 ਹਜ਼ਾਰ ਪਾਉਣ ਦਾ ਕੀਤਾ ਐਲਾਨ। ਲੋਕਾਂ ਨੂੰ ਇਕੱਲੇ ਭਾਸ਼ਣ ਨਹੀਂ ਰਾਸ਼ਨ ਦੀ ਲੋੜ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੁਮਾਰਾ ਦੇ ਲੋਕਾਂ ਨੇ ਮਿਲ ਕੇ ਕੀਤਾ ਪਿੰਡ ਲਾਕਡਾਊਨ। 1918 ਤੋਂ ਵੀ ਫੈਲੀ ਸੀ ਮਹਾਮਾਰੀ ਤੇ ਬਣੀ ਸੀ ਅੱਜ ਕੱਲ੍ਹ ਦੀ ਹਾਲਾਤ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਦਾਖਲ ਹੋਣ ਤੇ ਜਿਸ ਦਿਨ ਤੋਂ ਸਰਕਾਰ ਨੇ ਲਾਕਡਾਊਨ ਕੀਤਾ ਹੈ, ਇਸੇ ਨਾਲ ਹੀ ਆਪਣੇ ਆਪ ਪ੍ਰਾਈਵੇਟ ਹਸਪਤਾਲਾਂ ਵਾਲੇ ਡਾਕਟਰ ਆਪਣੇ ਕਲੀਨਿਕਾਂ ਨੂੰ ਸ਼ਟਡਾਊਨ ਕਰਕੇ ਕੋਰੋਨਾ ਤੋਂ ਡਰਦੇ ਇਕਾਂਤਵਾਸ ਚਲੇ ਗਏ ਹਨ ਅਤੇ ਦੇਸ਼ ਦੇ ਲੱਖਾਂ ਮਰੀਜ਼ਾਂ ਨੂੰ ਲਾਵਾਰਸ ਛੱਡ ਗਏ ਹਨ। ਜਿਨ੍ਹਾਂ ਲੱਖਾਂ ਲੋਕਾਂ ਦੀ ਛਿੱਲ ਲਾ ਕੇ ਉਹਨਾਂ ਨੇ 4-4 ਮੰਜ਼ਲੇ ਹਸਪਤਾਲ ਖੜ੍ਹੇ ਕੀਤੇ ਸੀ, ਉਹਨਾਂ ਨੂੰ ਅਜੋ ਲੱਭ ਨਹੀਂ ਰਹੇ। ਬਿਮਾਰੀਆਂ ਤੋਂ ਪੀੜਿਤ ਲੋਕਾਂ ਦੇ ਕੰਮ ਅਜੋ ਸਰਕਾਰੀ ਡਾਕਟਰ ਹੀ ਆ ਰਹੇ ਹਨ, ਜਿਨ੍ਹਾਂ ਨੂੰ ਲੋਕ ਮਾੜਾ ਸਮਝਿਆ ਕਰਦੇ ਸਨ। ਲੋਕ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਪ੍ਰਾਈਵੇਟ ਡਾਕਟਰਾਂ ਨੂੰ ਲੱਭ ਕੇ ਸਰਕਾਰੀ ਹਸਪਤਾਲਾਂ ਵਿੱਚ ਇਹਨਾਂ ਦੀਆਂ ਸੇਵਾਵਾਂ ਲਈਆਂ ਜਾਣ ਅਤੇ ਇਨਕਾਰ ਕਰਨ ਵਾਲਿਆਂ ਤੇ ਕੇਸ ਰਜਿਸਟਰ ਕੀਤੇ ਜਾਣ। ਕੋਰੋਨਾ ਤੋਂ ਬਚਣ ਲਈ 3 ਚੀਜ਼ਾਂ ਮਾਸਕ, ਸੈਨੇਟਾਈਜ਼ਰ ਅਤੇ ਵਿਟਾਮਿਨ ਸੀ ਦੀਆਂ ਗੋਲੀਆਂ ਮੁੱਢਲੀ ਜ਼ਰੂਰਤ ਦੀਆਂ ਚੀਜ਼ਾਂ ਹਨ, ਪਰ ਲੋਕਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕਿਸੇ ਵੀ ਮੈਡੀਸਨ ਦੀ ਦੁਕਾਨ ਤੋਂ ਚੀਜ਼ਾਂ ਨਹੀਂ ਮਿਲ ਰਹੀਆਂ ਜਾਂ ਫਿਰ ਚੋਰੀ ਛਿਪੇ ਬਲੈਕ ਵਿੱਚ ਵੇਚੀਆਂ ਜਾ ਰਹੀਆਂ। ਇਸ ਸੰਬੰਧੀ ਜਦੋਂ ਇਸ ਚੈਨਲ ਦੇ ਮਾਧਿਅਮ ਰਾਹੀਂ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਇਤਰਾਜ਼ ਠੀਕ ਪਾਇਆ ਗਿਆ। ਇੱਕ ਦੁਕਾਨਦਾਰ ਨੇ ਕਿਹਾ ਕਿ ਸਾਰਾ ਸਟਾਕ ਵਿਕ ਚੁੱਕਾ ਹੈ ਤੇ ਨਵਾਂ ਨਹੀਂ ਆ ਰਿਹਾ, ਇੱਥੋਂ ਤੱਕ ਕਿ ਬੀਪੀ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦੀਆਂ ਜ਼ਰੂਰੀ ਦਵਾਈਆਂ ਦੀ ਸਪਲਾਈ ਵੀ ਨਹੀਂ ਆ ਰਹੀ। ਗੱਲ ਇੱਥੇ ਮੁੱਕਦੀ ਹੈ ਕਿ ਭਾਰਤ 'ਚ ਲੋਕ ਰੱਬ ਆਸਰੇ ਜੀ ਰਹੇ ਨੇ, ਸਰਕਾਰਾਂ ਨੂੰ ਲੋਕਾਂ ਦੀ ਕੋਈ ਫਿਕਰ ਨਹੀਂ। ਅੰਮ੍ਰਿਤਸਰ ਦੇ ਉੱਘੇ ਸਮਾਜ ਸੇਵੀ ਮਨਦੀਪ ਸਿੰਘ ਮੰਨਾ, ਜੋ ਅਕਸਰ ਸਮੇਂ ਦੀਆਂ ਸਰਕਾਰਾਂ ਅਤੇ ਲੀਡਰਾਂ 'ਤੇ ਬੇਬਾਕ ਟਿੱਪਣੀਆਂ ਕਰਨ ਵਾਲੇ ਨਿਡਰ ਵਿਅਕਤੀ ਵਜੋਂ ਜਾਣੇ ਜਾਂਦੇ ਨੇ, ਉਹਨਾਂ ਨੇ ਅੰਮ੍ਰਿਤਸਰ ਵਾਸੀਆਂ ਲਈ ਰਾਸ਼ਨ ਦੀ ਸੇਵਾ ਦਾ ਬੋਝ ਆਪਣੇ ਮੋਢਿਆਂ 'ਤੇ ਚੁੱਕਿਆ ਹੋਇਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਇੱਕ ਕਰਕੇ ਘਰ ਘਰ ਰਾਸ਼ਨ ਪਹੁੰਚਾ ਰਹੇ ਹਨ। ਉਹਨਾਂ ਨੇ ਐਲਾਨ ਕੀਤਾ ਕਿ ਜਦ ਤੱਕ ਸਰਕਾਰੀ ਰਾਸ਼ਨ ਲੋਕਾਂ ਤੱਕ ਨਹੀਂ ਪਹੁੰਚਦਾ, ਤਦ ਤੱਕ ਉਹ ਸੇਵਾ ਨਿਭਾਉਂਦੇ ਰਹਿਣਗੇ। ਜਿਸ ਢੰਗ ਨਾਲ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਕੇਜਰੀਵਾਲ ਕੋਰੋਨਾ ਦੀ ਆਫ਼ਤ ਵਿੱਚ ਆਪਣੇ ਲੋਕਾਂ ਦੀ ਬਾਂਹ ਫੜ ਰਹੇ ਹਨ, ਅਜਿਹੀ ਖ਼ਬਰ ਹੋਰ ਕਿਸੇ ਸੂਬੇ ਤੋਂ ਸੁਣਨ ਨੂੰ ਨਹੀਂ ਮਿਲ ਰਹੀ। ਦਿੱਲੀ ਸਰਕਾਰ ਨੇ ਪਹਿਲਾਂ ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ, ਬੁਢਾਪਾ ਪੈਨਸ਼ਨ ਦੇ 2500 ਰੁਪਏ ਤੋਂ ਵਧਾ ਕੇ 5000 ਰੁਪਏ ਕਰਕੇ ਜ਼ਰੂਰਤਮੰਦ ਦੇ ਖਾਤਿਆਂ ਵਿੱਚ ਪਾਏ ਹਨ ਅਤੇ ਹੁਣ ਟੈਕਸੀ ਅਤੇ ਈ ਰਿਕਸ਼ਾ ਵਾਲੇ ਡਰਾਈਵਰਾਂ ਦੇ ਖਾਤੇ ਵਿੱਚ ਵੀ ਇੱਕ ਹਫ਼ਤੇ ਦੇ ਅੰਦਰ 5-5 ਹਜ਼ਾਰ ਪਾਉਣ ਦਾ ਐਲਾਨ ਕੀਤਾ, ਜਦੋਂ ਕਿ ਪੰਜਾਬ ਵਿੱਚ ਅਜੇ ਤੱਕ ਸਾਰੇ ਲੋਕਾਂ ਤੱਕ ਰਾਸ਼ਨ ਵੀ ਨਹੀਂ ਪਹੁੰਚਿਆ। ਦੇਸ਼ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਗੱਲਾਂ ਦਾ ਕੜਾਅ ਬਣਾਉਣ ਵਿੱਚ ਪੂਰੀ ਤਰ੍ਹਾਂ ਮਾਹਿਰ ਮੰਨੇ ਜਾਂਦੇ ਨੇ। ਉਹਨਾਂ ਨੇ ਆਪਣੇ ਰਾਜ ਦੇ ਪਹਿਲੇ 5 ਸਾਲ ਮਨ ਕੀ ਬਾਤ ਸੁਣਾਉਂਦਿਆਂ ਹੀ ਲਗਾ ਦਿੱਤੇ, ਪਰ ਜਨ ਕੀ ਬਾਤ ਨਹੀਂ ਸੁਣੀ। ਹੁਣ ਦੇਸ਼ 'ਤੇ ਕੋਰੋਨਾ ਨੇ ਹੱਲਾ ਬੋਲ ਦਿੱਤਾ ਤਾਂ ਉਹਨਾਂ ਨੇ ਪਹਿਲਾਂ ਲੋਕਾਂ ਨੂੰ ਥਾਲੀਆਂ ਖੜਕਾਉਣ ਲਈ ਕਿਹਾ ਅਤੇ ਪਿਛਲਕ ਲੋਕਾਂ ਨੇ ਅਜਿਹਾ ਹੀ ਕੀਤਾ। ਹੁਣ ਉਹ 5 ਅਪ੍ਰੈਲ ਦੀ ਰਾਤ ਨੂੰ ਮੋਮਬੱਤੀਆਂ, ਦੀਵੇ ਅਤੇ ਬੈਟਰੀਆਂ ਜਗਾਉਣ ਦੀ ਸਲਾਹ ਦੇ ਰਹੇ ਨੇ, ਜਿਸ 'ਤੇ ਲੋਕ ਤਰ੍ਹਾਂ ਤਰ੍ਹਾਂ ਦੇ ਵਿਅੰਗ ਕੱਸ ਰਹੇ ਨੇ ਅਤੇ ਸ਼੍ਰੀ ਮੋਦੀ ਤੋਂ ਪੁੱਛ ਰਹੇ ਨੇ ਕਿ ਕੀ ਇਕੱਲੇ ਦੀਵੇ ਹੀ ਜਗਾਏ ਜਾਣ ਜਾਂ ਪਟਾਕੇ ਵੀ ਚਲਾਏ ਜਾਣ। ਲੋਕ ਇਹ ਵੀ ਕਹਿ ਰਹੇ ਨੇ ਕਿ ਦੂਸਰੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਲੋਕਾਂ ਨੂੰ ਪੈਸੇ ਵੰਡ ਰਹੇ ਨੇ ਅਤੇ ਸਾਡਾ ਪ੍ਰਧਾਨ ਮੰਤਰੀ ਲੋਕਾਂ ਤੋਂ ਪੈਸੇ ਇਕੱਠੇ ਕਰ ਰਿਹਾ ਹੈ। ਪੰਜਾਬੀ ਹਮੇਸ਼ਾ ਹਰ ਚੁਣੌਤੀ ਦਾ ਹੌਸਲੇ ਨਾਲ ਮੁਕਾਬਲਾ ਕਰਦੇ ਆਏ ਹਨ। ਕਿੱਡੀ ਵੀ ਵੱਡੀ ਮੁਸੀਬਤ ਹੋਵੇ, ਪੰਜਾਬੀਆਂ ਨੇ ਆਪਣੇ ਹੌਸਲੇ ਅਤੇ ਦ੍ਰਿੜ ਇਰਾਦੇ ਨਾਲ ਉਸ 'ਤੇ ਜਿੱਤ ਪ੍ਰਾਪਤ ਕੀਤੀ ਹੈ। ਹੁਣ ਕੋਰੋਨਾ ਦੀ ਬਿਮਾਰੀ ਨਾਲ ਲੜਨ ਲਈ ਲੋਕਾਂ ਨੇ ਆਪਣੇ ਤੌਰ 'ਤੇ ਹੀ ਕਈ ਅਜਿਹੇ ਫੈਸਲੇ ਲਏ ਹਨ ਜਿਨ੍ਹਾਂ ਦੀ ਦਾਤ ਦੇਣੀ ਪੈਂਦੀ ਹੈ। ਇਸ ਤਰ੍ਹਾਂ ਦੀ ਉਦਾਹਰਨ ਜ਼ਿਲ੍ਹਾ ਫਰੀਦਕੋਟ ਦੇ ਪਿੰਡ
ਮੁਮਾਰਾ ਤੋਂ ਮਿਲਦੀ ਹੈ, ਜਿਨ੍ਹਾਂ ਦੇ ਨੌਜਵਾਨ ਸਰਪੰਚ ਸੁਖਦੀਪ ਸਿੰਘ ਸੋਨੂੰ ਦੀ ਅਗਵਾਈ 'ਚ ਫੈਸਲਾ ਲੈ ਕੇ ਪਿੰਡ ਨੂੰ ਆਪਣੇ ਤੌਰ 'ਤੇ ਲਾਕਡਾਊਨ ਕਰ ਦਿੱਤਾ ਅਤੇ ਪਿੰਡ ਨੂੰ ਮਿਲਾਉਣ ਵਾਲੀਆਂ ਸਾਰੀਆਂ ਸੜਕਾਂ 'ਤੇ ਪਿੰਡ ਦੇ ਨੌਜਵਾਨਾਂ ਵੱਲੋਂ ਨਾਕੇ ਲਾ ਕੇ ਬਾਹਰੀ ਲੋਕਾਂ ਦਾ ਪਿੰਡ ਵਿੱਚ ਦਾਖਲ ਹੋਣਾ ਬੰਦ ਕਰ ਦਿੱਤਾ। ਅੱਜ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਮੁਮਾਰਾ ਜ਼ਿਲ੍ਹਾ ਫਰੀਦਕੋਟ ਨੇ ਇੱਕ ਫੈਸਲਾ ਲਿਆ ਸਮੁੱਚੇ ਨਗਰ ਨੇ ਰਲ ਕੇ ਕਿ ਇਸ ਕਰੋਨਾ ਵਰਗੀ ਭਿਆਨਕ ਬਿਮਾਰੀ ਦੇ ਖਾਤਮੇ ਲਈ ਸਾਰੇ ਪਿੰਡ ਨੂੰ ਲੋਕਡਾਊਨ ਕੀਤਾ ਤਾਂ ਕਿ ਇਹਦਾ ਇੱਕ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾ ਸਕੇ, ਜੋ ਕਿ SSP ਸਾਹਿਬ, DC ਸਾਹਿਬ, ਸਮੁੱਚਾ ਪ੍ਰਸ਼ਾਸਨ ਆਪਣੇ ਲਈ ਦਿਨ ਰਾਤ ਇੱਕ ਕਰ ਰਿਹਾ। ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਪ੍ਰਸ਼ਾਸਨ ਦਾ ਇਸ ਕੰਮ 'ਚ ਵੱਧ ਤੋਂ ਵੱਧ ਸਹਿਯੋਗ ਦਈਏ। ਸਿਰਫ ਜ਼ਰੂਰੀ ਸੇਵਾਵਾਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਹੀ ਛੋਟ ਦਿੱਤੀ ਗਈ ਹੈ। ਇਸ ਤਰ੍ਹਾਂ ਦੇ ਫੈਸਲਿਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਵੀ ਹਮਾਇਤ ਕਰ ਰਿਹਾ ਅਤੇ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਪਹੁੰਚ ਕੇ ਥਾਣਾ ਮੁਖੀ ਸਾਦਕ ਵੱਲੋਂ ਵੀ ਪਿੰਡ ਵਾਸੀਆਂ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਗਈ। ਜਿਸ ਤਰ੍ਹਾਂ ਦੇ ਹਾਲਾਤ ਅੱਜ ਦੇ ਸਮੇਂ 'ਚੋਂ ਕੋਰੋਨਾ ਵਾਇਰਸ ਕਰਕੇ ਬਣੇ ਹਨ, ਇਸ ਤਰ੍ਹਾਂ ਦੀ ਆਫ਼ਤ 101 ਸਾਲ ਪਹਿਲਾਂ ਸੰਨ 1918 ਵਿੱਚ ਸੰਸਾਰ 'ਤੇ ਆਈ ਸੀ ਅਤੇ ਉਸਨੇ ਵੀ ਮਹਾਂਮਾਰੀ ਵਾਲੇ ਹਾਲਾਤ ਪੈਦਾ ਕਰ ਦਿੱਤੇ ਸਨ। ਉਸ ਵਾਇਰਸ ਦਾ ਨਾਂ ਸਪੈਨਿਸ਼ ਇਨਫਲੂਐਂਜਾ ਸੀ ਅਤੇ ਉਸ ਸਮੇਂ ਦੀਆਂ ਸਰਕਾਰਾਂ ਵੱਲੋਂ ਹੁਣ ਵਾਂਗ ਹੀ ਸਕੂਲ, ਜਨਤਕ ਅਤੇ ਪ੍ਰਾਈਵੇਟ ਥਾਵਾਂ, ਅਦਾਰੇ, ਚਰਚ, ਪਿਕਚਰ ਹਾਲ, ਪੂਲ ਆਦਿ ਬੰਦ ਕਰ ਦਿੱਤੇ ਸਨ ਅਤੇ 10 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਗਈ ਸੀ ਅਤੇ ਇਸ ਸੰਬੰਧੀ ਕੈਲੋਵਿਨਾ BC ਤੋਂ ਮੇਅਰ DC ਸੁਥਰਲੈਂਡ ਵੱਲੋਂ 19 ਅਕਤੂਬਰ 1918 'ਚੋਂ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਸੀ। ਅਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਹੋਰ ਤਾਜ਼ਾ ਤਰੀਨ ਖਬਰਾਂ ਲਿਖਣ ਲਈ ਤੁਸੀਂ ਦੇਖਦੇ ਰਹੋ ਚੈਨਲ ਵਹਿੰਦੇ ਦਰਿਆ।